ਇੱਕ ਹੀ ਸ਼ੇਰ ਹੈ ਤੇ ਸਾਲ ਬਾਅਦ ਬੰਦਾ ਹਾਜ਼ਰ ਹੁੰਦਾ ਹੈ ਤੇ ਇੱਕ ਸਾਲ ਬਾਅਦ ਜੇ ਇੱਕ ਸ਼ੇਰ ਦਾ ਜ਼ਾਇਕਾ ਜਾਂ ਸੁ ਇਹਦਾ ਖੁਮਾਰ ਜ਼ਿਹਨ 'ਚ ਰਹਿ ਜਾਏ ਤਾਂ ਫਿਰ ਠੀਕ ਹੈ। ਅੱਛਾ ਮੈਂ ਪੜ੍ਹ ਵੀ ਪਹਿਲੀ ਵਾਰੀ ਰਿਹਾ, ਅੱਗੇ ਮੈਂ ਪੜ੍ਹਿਆ ਹੀ ਨਹੀਂ ਕਿਤੇ, ਅਤੇ ਸ਼ੇਰ ਵੀ ਇੱਕੋ ਹੀ ਪੜ੍ਹਨਾ ਹੈ। ਤੁਸੀਂ ਮਿੰਨਤ ਵੀ ਕਰੋ ਤਾਂ ਅਗਲਾ ਨਹੀਂ ਸੁਣਾਉਂਦਾ। ਇੱਕ ਹੀ ਸ਼ੇਰ ਪੜ੍ਹਨਾ, ਸ਼ੇਰ ਸੁਣਨਾ ਤਾਂ ਇੱਕ ਹੀ ਹੈ, ਅਤੇ ਇੱਕ ਐਸਾ ਸ਼ੇਰ ਹੈ ਵੀ ਤੁਸਾਂ ਕਹਿਣਾ ਵੀ ਇਹ ਹੀ ਪੜ੍ਹ ਦਿਓ ਦੁਬਾਰਾ। ਕੋਈ ਕੋਈ ਸਮਝੇਗਾ? ਇੱਧਰ ਥੋੜ੍ਹਾ ਜਿਹਾ ਕੰਮ ਇੱਧਰ ਉੱਧਰ। ਲਾਲ ਜਿਹੜਾ ਅਲੀ ਕੋਲੋਂ ਫਾਤਿਮਾ ਨੇ ਮੰਗਿਆ, ਲਾਲ ਜਿਹੜਾ ਅਲੀ ਕੋਲੋਂ ਫਾਤਿਮਾ ਨੇ ਮੰਗਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਲਾਲ ਜਿਹੜਾ ਅਲੀ ਕੋਲੋਂ ਫਾਤਿਮਾ ਨੇ ਮੰਗਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਇਹ ਮੈਂ ਕਿਹਨੂੰ ਪੜ੍ਹ ਰਿਹਾ? ਮਿਸਰਾ ਸੁਣਦਾ। ਜਾਣਦਾ ਜ਼ਮਾਨਾ ਇਸ ਸ਼ੇਰ ਦੀਆਂ ਹੈਬਤਾਂ, ਜਾਣਦਾ ਜ਼ਮਾਨਾ ਇਸ ਸ਼ੇਰ ਦੀਆਂ ਹੈਬਤਾਂ, ਜਿਹੜਾ ਵੀ ਸੀ ਕੋਈ ਇਹਦੇ ਸਾਹਮਣੇ ਨਹੀਂ ਖੰਘਿਆ, ਜਿਹੜਾ ਵੀ ਸੀ ਕੋਈ ਇਹਦੇ ਸਾਹਮਣੇ ਨਹੀਂ ਖੰਘਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਅਜੂ ਤੁਹਾਡੇ ਕੋਲ ਦੁਆ ਲੈਣੀ ਸਿਰ ਦੇ ਮੈਂ ਮੁਕਾਮ ਚੱਲਿਆ, ਤਾਂ ਕਿ ਅਜੇ ਲੋਕਾਂ ਨੂੰ ਸਮਝ ਨਹੀਂ ਮੈਂ ਕਿਹਦੀ ਪੜ੍ਹ ਰਿਹਾ, ਮਨਪਤ ਕਿਹਦੀ ਪੜ੍ਹ ਰਿਹਾ, ਸ਼ਾਇਦ ਕਿਹਨਾਂ ਨਹੀਂ ਪਤਾ ਚੱਲਿਆ, ਇਹਦੇ ਵਾਜ਼ੇ ਕਰ ਜਾਵਾਂ ਬਸ। ਔਰ ਅਜੀਬ ਇੱਕ ਅਦਬੀ ਮਾਹੌਲ 'ਚ ਸ਼ੇਰ ਪੜ੍ਹਨ ਵਾਲਾ ਕਮਾਲ ਪਹਿਲਾ ਵਾ। ਹਾਂ, ਜਿਹਦੇ ਕੋਲ ਜਿਹਨੂੰ ਸੱਪ ਲੜ ਜਾਏ ਨਾ ਅਤੇ ਉਹ ਅਸੀਂ ਆਨੇ ਜੋਗੀ ਕੋਲ ਚੱਲ ਜਾਂਦੇ ਦਮ ਕਰਾਉਂਦਾ, ਕਦੀ ਕਦੀ ਪੰਜਾਬੀਆਂ ਨੇ ਮਾਂਦਰੀ ਕੋਲ ਗਿਆ, ਮਾਂਦਰੀ ਕੋਲ ਗਿਆ। ਹੁਣ ਜ਼ਰਾ ਮਜ਼ਾ ਲੈਣਾ ਗੱਲ ਦਾ। ਮਾਦਰੀ ਸੀ ਮੇਰਾ ਜਾਨੀ ਉਮੇ ਬਨੀਨ ਦਾ, ਮਾਦਰੀ ਸੀ ਮੇਰਾ ਜਾਨੀ ਉਮੇ ਬਨੀਨ ਦਾ, ਤਾਈ ਤੇ ਯਜ਼ੀਦੀਆਂ ਦੇ ਸੱਪਾਂ ਨਹੀਂ ਉਹ ਡੰਗਿਆ, ਤਾਈ ਤੇ ਯਜ਼ੀਦੀਆਂ ਦੇ ਸੱਪਾਂ ਨਹੀਂ ਉਹ ਡੰਗਿਆ, ਉਹਨੇ ਅੱਜ ਆ ਕੇ ਇਸ ਧਰਤੀ ਨੂੰ ਰੰਗਿਆ, ਧਰਤੀ ਨੂੰ ਰੰਗਿਆ। ਲਾਲ ਜਿਹੜਾ ਅਲੀ ਕੋਲੋਂ ਫਾਤਿਮਾ ਨੇ ਮੰਗਿਆ, ਲਾਲ ਜਿਹੜਾ ਅਲੀ